Dad. Dilruba. Kya ya? Janiman. Ji ji, Bismillah karam. Kya ra ya? Aaj to bade mood vich ho. Kya ya? Bas. Aaj puraniyan yaadan asliyan piyan mila. Hai kehdiyan puraniyan yaadan asliyan? ਪੁਰਾਣੀਆਂ ਯਾਦਾਂ ਅਸੀਆਂ ਪੀਆਂ ਤੇ ਦਿਲ ਤਰੋ ਤਾਜ਼ਾ ਹੋਈ ਗਿਆ ਕਿਹੜੀਆਂ ਯਾਦਾਂ ਮੀ ਵੀ ਦੱਸੋ ਅ ਤੂੰ ਕੀ ਯਾਦ ਹੈ ਕਿ ਉਹ ਮੋਠੇ ਡੈਮ ਦੇ ਕਿਨਾਰੇ ਤੂੰ ਬੈਠੀ ਸੀ ਆਹਾ ਕੱਪੜੇ ਵੀ ਧੋਣੀ ਸੀ ਆਹਾ ਤੇ ਮੈਂ ਆਇਆ ਸਾਂ ਚਿੰਚੀ ਉੱਪਰ ਤੂੰ ਕੀ ਮਿਲਨੇ ਆਸਤੇ ਆਹਾ ਹਾਂ ਯਾਦ ਆ ਤੂੰ ਕੱਪੜੇ ਧੋਣੇ ਛੋੜ ਦਿੱਤੇ ਸਨ ਕੱਪੜੇ ਧੋ ਮੈਂ ਫਿਰ ਉੱਥੇ ਆ ਸਾਂ ਫਿਰ ਅਸਾਂ ਪਿਆਰ ਮੁਹੱਬਤ ਗੱਲਾਂ ਕਰ ਸਾਂ ਚਲੋ ਠੀਕ ਅਸਾਂ ਜ਼ੀਰੋ ਮੀਟਰ ਅਸਾਂ ਨਹੀਂ ਛੱਡ ਅਲਾ ਠੀਕ ਆ ਕਿੰਨੇ ਵਜੇ ਅੱਛਾ ਤੂੰ ਉਦੋਂ ਦਾ ਟਾਈਮ ਸੀ ਪੰਜ ਵਜੇ ਦਾ ਟਾਈਮ ਸੀ ਸ਼ਾਮੀ 5 ਵਜੇ ਆ ਸ਼ਾਮੀ ਦਾ ਟਾਈਮ ਹੈ ਸ਼ਾਮੀ ਤੇ ਅੱਜ ਫਿਰ ਸਾਥ ਪਾ ਸ਼ਾਮੀ 5 ਵਜੇ ਉੱਥੇ ਬਹਿਣੀ ਆ ਤੇ ਪਿਆਰ ਨਾਲ ਬੰਦੀ ਕਰਨਾ ਕਰਨੀ ਠੀਕ ਹੈ ਚਲੋ ਠੀਕ ਹੈ ਜਦ ਤੱਕ ਮੈਂ ਆਂਡੀ ਰੋਟੀ ਕਰੀ ਆ ਤੂੰ ਕਰ ਤੇ ਮੈਂ ਜਿੱਲੇ ਉੱਥੇ ਨਹੀਂ ਪਹਿਲੇ ਤੂੰ ਕੈਸੇ ਉੱਠਾ ਮੈਂ ਤੇ ਆਂਡੀ ਰੋਟੀ ਕਰੀ ਗਏ ਸਾ ਨਾ ਵਾਹ ਆਂਡੀ ਰੋਟੀ ਨਾ ਕਰਦੇ ਗਏ ਸਾ ਨਾ ਫਿਰ ਸ਼ਾਮੀ ਖਾਸੋਗੇ ਅਰੇ ਚਲ ਠੀਕ ਹੈ ਮੈਂ ਜੁੜਿਆ ਤੂੰ ਜਿੱਲੋ ਮੈਂ ਆਂਡੀ ਰੋਟੀ ਕਰੀ ਕਿਨਾ ਠੀਕ ਹੈ ਮੈਂ ਉੱਥੇ ਜੁੜਿਆ ਠੀਕ ਹੈ ਸ਼ਾਦੀ ਕੀਤੀ ਨੇ ਪਤਾ ਨੀ ਤੁਸਾਂ ਦੀਆਂ ਬਾਰਾਂ ਅੱਗੇ ਪਿੱਛੇ ਹੋਈਆਂ ਸ਼ਾਦੀ ਥੋੜੀ ਸਾੜੀ ਹੋ ਗਈ ਪੁਰਾਣੀ ਮੈਂ ਜਿਹੜੇ ਉਸਦੀ ਯਾਦਾਸ਼ਤ ਤਾਜ਼ਾ ਕਰਨ ਜਾ ਰਿਹਾ ਅੱਛਾ ਜੀ ਸ਼ਾਮੀ ਕਿਆ ਜਨਾਬ ਹੋ ਪੂਰੀ ਦਿਹਾੜ ਛੋੜ ਕੇ ਸੁਧਰ ਆਇਆ ਯਾਰ ਸਾਡੀ ਮੁਲਾਕਾਤ ਦਾ ਟਾਈਮ ਹੋ ਗਿਆ ਮੰਨੀ ਗਿਆ ਯਾਰਾ ਮਿੱਠੂ ਤੂੰ ਕੀ ਅੱਧੀ ਤੁਹਾਡੀ ਯਾਰਾ ਮਿੱਠੂ ਸਾਹਿਬ ਮਿੱਠੂ ਸਾਹਿਬ ਸ਼ਾਦੀ ਹੋ ਗਈ ਸਾਡੀ ਜਿਹੜੀ ਪੁਰਾਣੀ ਨਾ ਤੇ ਮੈਂ ਕਹਿੰਦਾ ਉਸਦੀ ਜਿਹੜੀ ਜ਼ਿਆਦਾ ਤਾਜ਼ਾ ਖਾਤਾ ਵਾ ਜ਼ਿਆਦਾ ਤਾਂ ਤਾਜ਼ਾ ਇਹ ਕਿਸ ਤਰ੍ਹਾਂ ਜ਼ਿਆਦਾ ਤਾਜ਼ਾ ਹੋਣੀਆਂ ਨੇ ਸ਼ਾਦੀ ਨੇ ਕੀ ਕਰ ਰਹੇ ਇਹ ਜ਼ਿਆਦਾ ਤਾਜ਼ਾ ਹੋਣੀਆਂ ਨੇ ਇਹ ਇੱਕ ਰਾਜ਼ ਦੀ ਗੱਲ ਹੈ ਇਹ ਰਾਜ਼ ਦੀ ਗੱਲ ਹੈ ਅੱਛਾ ਇਹ ਮੈਂ ਦਿਲਬਾਦ ਹੀ ਦੱਸਾਂ
ਅੱਛਾ ਨਹੀਂ ਨਹੀਂ ਤੇ ਜੁਲਨੇ ਤੁਸਾਂ ਕੀ ਓਏ ਮਿੱਕੀ ਦੱਸੋ ਤੇ ਸੇ ਮੈਂ ਤੁਸਾਂ ਜੁਲਨਾ ਤੇ ਮੈਂ ਕਿਹਾ ਬਈ ਤੇ ਦੋਇ ਭਰਾ ਨਾ ਇੱਕਾ ਵਾਸ਼ਾ ਠੀਕ ਸਾਂ ਚਾ ਸ਼ਾ ਇਹ ਉਹ ਮਤ ਨਹੀਂ ਸੇ ਜੁਲਨਾ ਪੀ ਲੈ ਸੋ ਪੀ ਲੈ ਸੋ ਕੋਈ ਐਸਾ ਮਸਲਾ ਨਹੀਂ ਹੈ ਤੇ ਸ਼ਾਮੀ ਮੁਲਾਕਾਤ ਕਰ ਸਰ ਮੈਂ ਦੇਰ ਹੋ ਰਹੀ ਯਾਰ ਓਏ ਕਿਹੜੀ ਗੱਲ ਹੈ ਜੀ ਗੱਲ ਤੇ ਸੁਣੋ ਨਾ ਜੀ ਮੈਂ ਬੜੀ ਮੁਸ਼ਕਲ ਨਾਲ ਟਾਈਮ ਕੱਢੀ ਦਾ ਆਇਆ ਮੈਂ ਕਿਹਾ ਜੀ ਵੈਸੇ ਜੁਲੀ ਤਾਸ਼ ਖੇਡ ਸਾਂ ਲੁੱਡੋ ਖੇਡ ਸਾਂ ਜੀ ਕੀ ਕਰਨੇ ਹੋ ਜੀ ਮੁਲਾਕਾਤ ਅਸੀਂ ਸ਼ਾਮੀ ਮੈਂ ਕਿਸੇ ਤੇ ਜਾਣਾ ਕਿਸੇ ਤੇ ਪਹੁੰਚਣਾ ਉਹ ਆਣੇ ਰਹੀ ਸੀ ਬਸ ਉਹ ਕੋਣ ਆਣਿਆ ਉਸ ਸੀ ਉਹ ਗੱਲ ਉਹ ਮਿੱਠੂ ਸਾਹਿਬ ਗੱਲ ਤੇ ਸੁਣੋ ਵੀਰੇ ਬੜੀ ਤੇਜ਼ੀ ਵਿੱਚ ਖੈਰ ਅੱਲਾ ਕਰੇ ਇਹ ਕਿਧਰ ਗਿਆ ਤੇ ਕੀ ਹੋ ਗਿਆ ਚਲੋ ਜਿੱਦੂ ਮਰਜ਼ੀ ਕਿ ਚਾ ਸਹੀ ਕਿਆ ਆ ਚਲੋ ਉਸ਼ ਚੜੀ ਸੀ ਜਿਹਨੇ ਅਸਾਂ ਬਹਿਣੀ ਨਹੀਂ ਸਾਂ ਇੱਥੇ ਸਾਹਮਣੇ ਬੈਠੀ ਸੀ ਇੱਧਰ ਮੈਂ ਬੈਠਾ ਸੀ ਚੱਲ ਨਸਨੇ ਉਸੀ ਉਸਨੇ ਵਾਲੀ ਉਸੀ ਮਾੜੀ ਜਨਾਨੀ ਆਏ ਉਸਲੇ ਤਾਂ ਰਾਜ ਕੋ ਨਹੀਂ ਲੱਭਾ ਸੀ ਅੱਜ ਇਹਨਾਂ ਕੋਲ ਲੱਭ ਗਿਆ ਸੀ ਦੇਖੋ ਨਹੀਂ ਮਗਰ ਦੇਖੋ ਨਹੀਂ ਮਾੜੀ ਮਿਲੀ ਆ ਪੁਰਾਣੀਆਂ ਯਾਦਾਂ ਨੇ ਇੱਕ ਆਪਣੀ ਮਜ਼ਾ ਆਉਣਾ ਪਾਈ ਉਸਨੇ ਤਲਾਬ ਵੀ ਫੁੱਲ ਹੋਣਾ ਸੀ ਇੱਥੇ ਤੱਕ ਤਲਾਬ ਵੀ ਸੁੱਕ ਗਿਆ ਮੈਂ ਵੀ ਲਾਭ ਸੁੱਕ ਗਿਆ ਪਰ ਹਾਲੇ ਤੱਕ ਆਈ ਨਹੀਂ ਉਸਕੀ ਮੈਂ ਆਖੀ ਕਿਆ ਹੈ ਸਰ ਮੈਂ ਉੱਥੇ ਪਹੁੰਚਣਾ ਤੂੰ ਪਹੁੰਚ ਨਹੀਂ ਨਹੀਂ ਰਸਤੇ 'ਚ ਕਿਸੇ ਦਾ ਸਵਾਦ ਨਹੀਂ ਪੈਦਾ ਹੋਣਾ ਕਿ ਉਹ ਸੁਝਾਓ ਕਿ ਚੜੀ ਨਾ ਗਈ ਹੋਵੇ ਨਹੀਂ ਨਹੀਂ ਉਹ ਬੰਦੇ ਜਿਹੜੇ ਮਿਲੇ ਨੇ ਰਾਏ 'ਚ ਬੜੀ ਵੱਡੀ ਚਲੋ ਓਏ ਆ ਵੀ ਜਾ ਭੁੱਖ ਲੱਗੀ ਉਸਨੇ ਪਾਣੀ ਮੋਤੀਆਂ ਰੋਣਾ ਸੀ ਆਹਾ ਥੱਲੇ ਅਸਾਂ ਤੋਈ ਬਹਿ ਕੇ ਅਈਆਂ ਪਾਣੀ ਛੱਡਣਾ ਛੱਡਣਾ ਸਭ ਪਾਣੀ ਬੜਾ ਸ਼ਰਮਾਣੀ ਸੀ ਆਏ ਹਾਏ 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 ਜਿਲ੍ਹਾ ਉਹ ਛੱਡਣੀ ਸੀ ਪਾਣੀ ਲੱਗਣਾ ਸ਼ਬਨਮ ਨੇ ਕਦਰੇ ਕੀ ਬਾਤ ਓਏ ਆ ਵੀ ਗੋਰਾ ਕੁਦ ਦਸ਼ਾ ਹੋ ਗਈ ਹੈ ਓਏ ਆ ਤੈਨੂੰ ਕੁਦ ਚਲੀ ਗਈ ਇਸ ਟਾਈਮ ਬੜਾ ਬਲੱਡ ਪ੍ਰੈਸ਼ਰ ਹਾਈ ਕਰੀ ਸੱਟਿਆ ਚੱਲੀਏ ਘਰ ਹੀ ਮਨਹਿਲ ਉਹ ਭਾਂਡੇ ਤੋੜਨ ਲੱਗ ਪਈ ਸੀ ਜਾਂ ਆਟਾ ਗੁੰਨਣ ਲੱਗ ਪਈ ਸੀ ਬੜੀ ਜਿਹੜੀ ਨਾ ਉਹ ਘਰ ਹੀ ਕਸ਼ੀ ਤੋੜਾ ਦੇਖਾ ਜਾਣਾ ਕਿ ਤੂੰ ਜਾਣਨੀ ਨਹੀਂ ਹੈ ਤੂੰ ਮੈਂ ਤੂੰ ਕਿਹਾ ਸੀ ਪੁਰਾਣੀ ਯਾਦ ਤਾਜ਼ਾ ਕਰੀ ਕਿਉਂ ਨਹੀਂ ਆਈ ਹੈ ਮੇਰੀ ਅੰਮੀ ਹੋਰ ਨਾਲ ਨਾ ਕਿਹੜੀ ਅੰਮੀ ਹੋਰ ਨਾਲ ਕਿਹੜੀ ਆਈ ਹੈ ਆਈ ਹੈ ਬੜੀ ਬਹੁਤ ਪੁੱਟੀ ਜਾਈ ਹੈ ਨਹੀਂ ਆਈ ਹੈ